ਦੋਸਤੋ ਅੱਜ ਆਪਾਂ ਵਿਚਾਰ ਕਰਦੇ ਆ ਜਿਹੜਾ ਇਸ ਵਕਤ ਕਿਸਾਨ ਸੰਘਰਸ਼ ਜਿਹੜਾ 26 ਤਰੀਕ ਦੀ ਟਰੈਕਟਰ ਪਰੇਡ ਨੂੰ ਲੈ ਕੇ ਦੋ ਵਿਚਾਰਧਾਰਾਵਾਂ ਬਣੀਆਂ ਨਜ਼ਰ ਆ ਰਹੀਆਂ ਸਾਨੂੰ ਉੱਥੋਂ। ਇੱਕ ਵਿਚਾਰਧਾਰਾ ਇਹ ਹੈਗੀ ਆ ਕਿ ਆਪਾਂ ਦਿੱਲੀ ਦੇ ਲਾਲ ਕਿਲੇ ਤੇ ਧਾਵਾ ਬੋਲੀਏ ਜਾਂ ਪਾਰਲੀਮੈਂਟ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰੀਏ। ਇਹ ਵਿਚਾਰਧਾਰਾ ਸਾਡੇ ਜਿਹੜੇ ਨੌਜਵਾਨ ਨੇ ਨਾ, ਕਿਉਂਕਿ ਉਹਨਾਂ 'ਚ ਜਜ਼ਬਾ ਹੁੰਦਾ ਵਾ, ਉਹਨਾਂ 'ਚ ਕੀ ਕਹਿੰਦੇ ਕਿ ਜੋਸ਼ ਬਹੁਤ ਹੁੰਦਾ ਵਾ, ਇੱਕ ਵਿਚਾਰਧਾਰਾ ਇਹ ਹੈ। ਦੂਸਰੀ ਵਿਚਾਰਧਾਰਾ ਜਿਹੜੀ ਮੈਚਿਓਰਡ ਲੀਡਰਸ਼ਿਪ ਹੈ ਜਿਹੜੀ ਕਿਸਾਨ ਜਥੇਬੰਦੀਆਂ ਦੀ, ਜਿੱਦਾਂ ਕੱਲ ਮੈਂ ਤਕਰੀਰ ਸੁਣੀ ਬਲਬੀਰ ਸਿੰਘ ਰਾਜੇਵਾਲ, ਜਿਹੜੇ ਇੱਕ ਬੜੇ ਸੁਲਝੇ ਹੋਏ ਤੇ ਬੜੇ ਪੁਰਾਣੇ ਕਿਸਾਨ ਹਿਤੈਸ਼ੀ ਨੇ, ਕਿਸਾਨਾਂ ਲਈ ਸੰਘਰਸ਼ ਕਰਦੇ ਨੇ, ਉਹਨਾਂ ਨੇ ਬੜੇ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਆਪਾਂ ਹਰ ਕੀਮਤ ਤੇ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਣਾ ਵਾ, ਕਿਉਂਕਿ ਜਿੰਨੀ ਦੇਰ ਤੱਕ ਸ਼ਾਂਤਮਈ ਰਹੇਗਾ ਉਨੀ ਦੇਰ ਤੱਕ ਸਾਰੀ ਦੁਨੀਆ ਦੀ ਸਪੋਰਟ ਆ ਰਹੀ ਆ, ਸਾਰੇ ਧਰਮਾਂ ਦੀ ਸਪੋਰਟ ਆ ਰਹੀ ਆ, ਸਾਰੇ ਵਰਗਾਂ ਦੀ ਸਪੋਰਟ ਆ ਰਹੀ ਆ, ਔਰ ਇਹ ਅੰਦੋਲਨ ਇੱਕ ਨਿਰਪੱਖ ਤੇ ਕਿਸਾਨ ਅੰਦੋਲਨ ਨਜ਼ਰ ਆ ਰਿਹਾ ਵਾ। ਜਿੱਦਣ ਉਹ ਉਹਨਾਂ ਦੇ ਮੁਤਾਬਕ, ਜਾਂ ਮੈਂ ਵੀ ਕਹਿ ਸਕਦਾ ਕਿ ਜਿੱਦਣ ਆਪਾਂ ਕੋਈ ਧਾਵਾ ਬੋਲਿਆ, ਕੋਈ ਮੋਹਰੇ ਹੋ ਕੇ ਆਪਾਂ ਟਕਰਾਓ ਦੀ ਨੀਤੀ ਅਪਣਾਈ, ਸੁਭਾਵਿਕ ਆ ਕਿ ਇਸ ਟਕਰਾਓ ਦੀ ਨੀਤੀ ਵਿੱਚ ਜਦੋਂ ਤੁਸੀਂ ਦੇਖੋਗੇ ਤਸਵੀਰਾਂ ਜਾਂ ਮੋਹਰੇ ਆਉਣਗੇ ਤਾਂ ਉਹ ਪੰਜਾਬ ਦੇ ਨੌਜਵਾਨ ਹੋਣਗੇ, ਭਾਵ ਕਿ ਉਹ ਜ਼ਿਆਦਾ ਇੱਕ ਸਿੱਖ ਟਕਰਾਓ ਬਣ ਕੇ ਰਹਿ ਜਾਵੇਗਾ। ਔਰ ਅਗਰ ਉੱਥੇ 26 ਤਰੀਕ ਨੂੰ ਕਿਸੇ ਤਰ੍ਹਾਂ ਦੀ ਹਿੰਸਕ ਹੋ ਜਾਂਦੀ ਘਟਨਾ, ਕੋਈ ਗੋਲੀ ਚੱਲ ਜਾਂਦੀ, ਕੋਈ ਨੁਕਸਾਨ ਹੋ ਜਾਂਦਾ, ਤਾਂ ਮੈਂ ਸਮਝਦਾ ਕਿ ਸਿੱਧਾ ਸਿੱਧਾ ਬੀਜੇਪੀ ਨੂੰ ਇੱਕ ਹੈਂਡਲ ਮਿਲ ਜਾਏਗਾ, ਉਹਨਾਂ ਨੂੰ ਕੋਈ ਆਰਗੂਮੈਂਟ ਆ ਜਾਏਗੀ ਕਿ ਦੇਖੋ ਅਸੀਂ ਤੁਹਾਨੂੰ ਪਹਿਲਾਂ ਕਹਿੰਦੇ ਸੀਗੇ ਕਿ ਇਹ ਲੋਕਾਂ ਦਾ ਉਦੇਸ਼, ਇਹਨਾਂ ਦਾ ਮਕਸਦ ਜਿਹੜਾ ਵਾ ਉਹ ਸਾਡੇ ਦੇਸ਼ ਦੀ ਏਕਤਾ ਅਖੰਡਤਾ, ਜਿੱਦਾਂ ਪਹਿਲਾਂ ਆਮ ਇਲਜ਼ਾਮ ਲਾਉਂਦੇ ਨੇ ਪੰਜਾਬ ਦੇ ਲੋਕਾਂ ਤੇ ਜਾਂ ਸਿੱਖਾਂ ਦੇ ਉੱਤੇ ਕਿ ਇਹ ਐਂਟੀ ਨੈਸ਼ਨਲ ਲੋਕ ਨੇ, ਇਹ ਗਰਮ ਦਲੀਏ ਨੇ ਵਗੈਰਾ ਵਗੈਰਾ ਕਹਿ ਕੇ ਉਹ ਆਪਣੇ ਸਾਰੇ ਅੰਦੋਲਨ ਨੂੰ ਇੱਕ ਆਈਸੋਲੇਟ ਕਰਨ ਦੀ ਕੋਸ਼ਿਸ਼ ਕਰਨਗੇ, ਔਰ ਉਹਦੇ 'ਚ ਬੀਜੇਪੀ ਨੂੰ ਸ਼ਾਇਦ ਪੋਲੀਟੀਕਲ ਤੌਰ 'ਤੇ ਲਾਭ ਵੀ ਹੋ ਸਕਦਾ ਕਿ ਉਹ ਦੂਸਰੀਆਂ ਕੌਮਾਂ ਨੂੰ ਪੋਲਰਾਈਜ਼ ਕਰਨ ਵਿੱਚ ਕਾਮਯਾਬ ਹੋ ਜਾਣਗੇ। ਕਿ ਇਹ ਤਾਂ ਅਸਲ ਵਿੱਚ ਜਿਹੜਾ ਇਹ ਧਰਨਾ ਸੀ, ਮੁਜ਼ਾਹਰਾ ਸੀ, ਇਹ ਕਿਸਾਨਾਂ ਦਾ ਤਾਂ ਸਿਰਫ ਮੁਖੌਟਾ ਸੀਗਾ, ਇਹ ਤਾਂ ਪੰਜਾਬ ਦੇ ਉਹੀ ਲੋਕ ਨੇ ਜਿਹੜੇ ਪੰਜਾਬ ਦੇ ਗਰਮ ਦੌਰ ਦੇ ਵਿੱਚ ਲੋਕ ਐਕਟਿਵ ਸੀਗੇ। ਹਾਲਾਂਕਿ ਮੈਂ ਕਿਸੇ ਦੇ ਖਿਲਾਫ਼ ਨਹੀਂ ਗਾ, ਮੈਂ ਬਿਲਕੁਲ ਨਿਰਪੱਖਤਾ ਨਾਲ ਕਹਿਣਾ ਚਾਹੁੰਦਾ ਵਾਂ ਕਿ ਇਸ ਅੰਦੋਲਨ ਨੂੰ ਜਿੰਨਾ ਆਪਾਂ ਪੀਸਫੁੱਲ ਰੱਖਾਂਗੇ, ਜਿੰਨਾ ਸੰਜਮ ਵਿੱਚ ਰਵਾਂਗੇ, ਉਨਾ ਇਸ ਅੰਦੋਲਨ ਦੀ ਕਾਮਯਾਬੀ ਆ। ਔਰ ਵੈਸੇ ਵੀ ਮੈਂ ਕਹਿਣਾ ਚਾਹੁੰਦਾ ਕਿ ਅੰਦੋਲਨ ਇਸ ਵਕਤ ਸਿਖਰਾਂ 'ਤੇ ਆ ਔਰ ਕਾਮਯਾਬ ਆ। ਠੀਕ ਆ, ਬੀਜੇਪੀ ਮੰਗਾਂ ਨਹੀਂ ਮੰਨ ਰਹੀ, ਉਹ ਇੱਥੇ ਤੱਕ ਤਾਂ ਆ ਗਈ ਆ ਵਾਇਆ ਸੁਪਰੀਮ ਕੋਰਟ ਕਿ ਅਸੀਂ ਇਹਨਾਂ ਲਾਜ਼ ਨੂੰ ਸਸਪੈਂਡ ਕਰ ਦਿੰਦੇ ਹਾਂ। ਦੋ ਕਾਨੂੰਨਾਂ ਨੂੰ ਪਹਿਲਾਂ ਬੀਜੇਪੀ ਸਵੀਕਾਰ ਕਰ ਚੁੱਕੀ ਹੈ, ਗੱਲ ਬਿਲਕੁਲ ਕਿਨਾਰੇ ਦੇ ਉੱਤੇ ਆ। ਔਰ ਅਗਰ ਫਰਜ਼ ਕਰੋ ਸ਼ਾਂਤਮਈ ਰੱਖਦੇ ਹਾਂ ਆਪਾਂ ਟਰੈਕਟਰ ਪਰੇਡ, ਜਿੱਦਾਂ ਵੈਸੇ ਤਾਂ ਫੈਸਲਾ ਉਹਨਾਂ ਨੇ 16 ਤਰੀਕ ਨੂੰ ਕਿਸਾਨ ਜਥੇਬੰਦੀਆਂ ਨੇ ਲੈਣਾ, ਜੋ ਵੀ ਫੈਸਲਾ ਲੈਣਗੇ ਅਸੀਂ ਸਾਰੇ ਉਹਦੇ 'ਤੇ ਫੁੱਲ ਚੜਾਵਾਂਗੇ, ਪਰ ਅਗਰ ਟਰੈਕਟਰ ਪਰੇਡ ਇੱਕ ਆਪਣੀ ਸ਼ਕਤੀ ਦਾ ਮੁਜ਼ਾਹਰਾ ਕਿਸਾਨ ਜਥੇਬੰਦੀਆਂ ਕਰਦੀਆਂ ਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ, ਬਾਹਰ ਬਾਹਰ ਸਾਰੇ ਉੱਤੇ, ਉਹਦਾ ਵੀ ਇਫੈਕਟ ਉਨਾ ਹੀ ਆ। ਮੀਡੀਆ ਨੇ, ਇੰਟਰਨੈਸ਼ਨਲ ਮੀਡੀਆ ਨੇ ਇੱਕ ਪਾਸੇ ਅਗਰ ਰਿਪਬਲਿਕ ਡੇ ਦੀ ਪਰੇਡ ਦਿਖਾਉਣੀ ਹੈ ਤਾਂ ਸਾਰੀ ਦੁਨੀਆ ਦੇ ਵਿੱਚ ਇਹ ਵੀ ਜਾਵੇਗਾ ਕਿ ਜਿਹੜੇ ਕਿਸਾਨ ਨੇ, ਅੰਦੋਲਨਕਾਰੀ ਨੇ, ਇਹਨਾਂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਸ਼ਮੂਲੀਅਤ, ਕਿਉਂਕਿ ਕਾਲਸ ਜਾ ਰਹੀਆਂ ਨੇ ਸਾਰੀਆਂ ਸਟੇਟਸ, ਪੰਜਾਬ ਦੇ ਵਿੱਚੋਂ ਵੀ ਬਹੁਤ ਹਰ ਪਿੰਡ 'ਚੋਂ ਲੋਕ ਆਉਣ ਵਾਸਤੇ ਉਤਾਵਲੇ ਨੇ, ਤਿਆਰ ਨੇ ਕਿ ਅਸੀਂ ਸ਼ਮੂਲੀਅਤ ਕਰਨੀ ਹੈ 26 ਤਰੀਕ ਦੇ ਟਰੈਕਟਰ ਪਰੇਡ ਦੇ। ਰਾਜਸਥਾਨ, ਉੱਤਰ ਪ੍ਰਦੇਸ਼ ਜਾਂ ਹਰਿਆਣੇ ਦੇ ਲੋਕ ਵੀ ਇਸ ਵਕਤ ਇਸ ਕਾਲ 'ਤੇ ਜ਼ਰੂਰ ਅਵਸ਼ ਆਉਣਗੇ। ਅੱਜ ਅਗਰ ਆਪਣੀ ਗਿਣਤੀ ਮੰਨ ਲਈਏ ਕਿ ਆਪਾਂ 1.5 ਲੱਖ ਦੇ ਕਰੀਬ ਲੋਕ ਬੈਠੇ ਨੇ, ਇਹ 26 ਤਰੀਕ ਨੂੰ ਵੱਧ ਕੇ ਇਹ 5-6 ਲੱਖ ਲੋਕਾਂ ਦੀ ਵੀ ਹੋ ਸਕਦੀ ਹੈ। ਇਹਦਾ ਮਤਲਬ ਇਹ ਹੈ ਕਿ ਬਹੁਤ ਵੱਡੀ ਇੱਕ ਪੀਸਫੁੱਲ ਡੈਮੋਨਸਟ੍ਰੇਸ਼ਨ ਰਾਹੀਂ ਇੱਕ ਬਹੁਤ ਵੱਡਾ ਮੈਸੇਜ ਸਾਡੇ ਦੇਸ਼ ਦੇ ਹਾਕਮਾਂ ਨੂੰ ਤਾਂ ਜਾਣਿਆ ਜਾਣਾ, ਲੇਕਿਨ ਇੰਟਰਨੈਸ਼ਨਲੀ, ਗਲੋਬਲੀ ਜਿਹੜਾ ਹੈ ਉਹ ਜਾਵੇਗਾ। ਇਹਦੇ ਨਾਲ ਆਪਣਾ ਜਿਹੜਾ ਟੀਚਾ ਹੈ, ਇਹਨਾਂ ਕਿਸਾਨ ਮੰਗਾਂ ਨੂੰ ਲੈ ਕੇ ਆਪਣਾ ਇੱਕ ਆਪਾਂ ਇੱਕ ਕਦਮ ਹੋਰ ਅੱਗੇ ਪਹੁੰਚ ਜਾਵਾਂਗੇ, ਔਰ ਬੀਜੇਪੀ ਦੇ ਕੋਲ ਕੋਈ ਤਰਕ ਨਹੀਂ ਹੋਵੇਗੀ, ਕੋਈ ਆਰਗੂਮੈਂਟ ਨਹੀਂ ਹੋਵੇਗੀ ਕਿ ਅਸੀਂ ਸ਼ਾਂਤਮਈ ਲੋਕੀ ਬੈਠੇ ਜਿਹੜੇ ਨੇ ਆਪਣੀਆਂ ਗੱਲਾਂ ਕਹਿ ਰਹੇ ਨੇ, ਇਹਨਾਂ ਦੀਆਂ ਗੱਲਾਂ ਕਿਉਂ ਸਵੀਕਾਰ ਨਹੀਂ ਕਰ ਰਹੇ। ਹੁਣ ਤੱਕ ਵੀ ਇਹੀ ਹੋ ਰਿਹਾ ਵਾ ਕਿ ਜਿੰਨੀਆਂ ਵੀ ਚਾਲਾਂ ਚੱਲੀਆਂ ਬੀਜੇਪੀ ਨੇ, ਆਪਾਂ ਨੂੰ ਖਾਲਿਸਤਾਨੀ ਕਹਿ ਕੇ, ਹੁੱਲੜਬਾਜ਼ ਕਹਿ ਕੇ, ਨਕਸਲਵਾਦੀ ਕਹਿ ਕੇ, ਜੋ ਉਹਨਾਂ ਨੇ ਗੱਲਾਂ ਕੀਤੀਆਂ ਉਹਨਾਂ ਦੀਆਂ ਸਾਰੀਆਂ ਫਲੋਪ ਹੋ ਗਈਆਂ ਗੱਲਾਂ। ਇੱਥੋਂ ਤੱਕ ਕਿ ਜਿਹੜਾ ਸੁਪਰੀਮ ਕੋਰਟ ਨੂੰ ਵੀ ਉਹਨਾਂ ਨੇ ਇਨਵੋਲਵ ਕੀਤਾ ਨਾ, ਇਹ ਕੀਤਾ ਤਾਂ ਗਵਰਨਮੈਂਟ ਨਹੀਂ ਹੈ ਬੇਸਿਕਲੀ, ਅਤੇ ਸੁਪਰੀਮ ਕੋਰਟ ਨੇ ਲਾਜ਼ ਨੂੰ ਸਸਪੈਂਡ ਕੀਤਾ ਅਤੇ ਆਪਣੇ ਆਪ ਹੀ 4 ਮੈਂਬਰਸ ਦੀ ਕਮੇਟੀ ਜਿਹੜੀ ਬਣਾਤੀ ਸੀ, ਉਹ ਕੁਛ ਘੰਟਿਆਂ ਬਾਅਦ ਹੀ 4 ਮੈਂਬਰਸ ਦਾ ਜਿਹੜਾ ਪੱਖ ਸੀਗਾ ਉਹ ਸਾਹਮਣੇ ਲਿਆਂਦਾ ਲੋਕਾਂ ਨੇ ਕਿ ਇਹ ਤਾਂ 4 ਦੇ 4 ਮੈਂਬਰਸ ਜਿਹੜੇ ਨੇ ਇਹ ਇਹਨਾਂ
मोदी के फार्म लॉज को सपोर्ट कर चुके ने और इन्ना प्रेशर वध्या कि भुपिंदर सिंह मान जिहड़े पंजाब दे ने उन्हां नूं अपने आप नूं विड्रॉ करना पिया उस कमेटी दे विचों। सो एक बार फिर अपने अंदोलन की जित हुई ते जिहड़ा सुप्रीम कोर्ट का राह लभ्या सीगा गवर्नमेंट ने वह भी उसकी कोई पब्लिक ओपीनियन उहदा बिल्ड नहीं हो सकिया। तुसीं एक देखोगे कि गवर्नमेंट ने दिल्ली पुलिस तो एक पटिशन पवाई हुई है सुप्रीम कोर्ट च कि जिहड़ा 26 तरीक का रिपब्लिक डे आ इहदे च किसान जथेबंदियां नूं रोकिया जाए कि वह किसी तरह की इहदे च मुदाखलत ना करन। हुण जे आपां कहने कि असीं धावा बोलना वा तो 100% अपना गवर्नमेंट ने तो कोशिश करनी है हर मुमकिन कि साडा रिपब्लिक डे का फंक्शन जिहड़ा वह खराब ना होवे, तां उत्थे झगड़ा हो सकता वा, उत्थे लाठीचार्ज चल हो सकता, उत्थे अथरू गैस हो सकते हैं और जिहड़े कुछ लोग होंगे ना जिहड़े अपने आप नूं आगू लोग कहिंदे ने आम ही दुनिया दे विच रवाज आ कि जदों कोई गल हिंसक हुंदी आ गोली चलती है कदी कोई लीडर का शिकार होया ही नहीं गा, भोले भाले लोग जिहड़े जज्बाती होकर उत्थे गए होंगे ने शिकार गोलियां दे वह लोग होंगे ने। और फर्ज करो अनफॉर्चुनेटली मैं कह रहा वाहिगुरू ना करे अगर कोई नुकसान हो गया फिर अपनी एक होर डिमांड ऐड हो जानी आ कि ये लोग जिहड़े मारे गए ने इन्हां लोगों दे जिहड़ियां सट्टा लगियां ने इन्हां वास्ते आपां इंसाफ मंगना शुरू कर देंगे। जिदा 36 साल पहला दिल्ली में हिंसा हुई अज तक आपां नूं इंसाफ नहीं मिला, किन्ना जोर लग रहा अपने सब का कि आपां नूं इत्थे इंसाफ मिलना चाहिए, तो आपां एक नवी गल क्रिएट कर लांगे। इसलिए मैं किसान जथेबंदियों की जिहड़ी सुलझी हुई लीडरशिप है मैं समझदा कि वह वधाई दे पात्र ने कि अज तक उन्होंने बहुत अपने आप नूं रिस्ट्रेंट विच रखिया, अपने आप नूं कंट्रोल विच रखिया। लखां दी तादाद विच किन्ने लोग आए ने लेकिन उत्थे कोई कंप्लेंट नहीं आई, उल्टा साढ़े नौजवानों ने उत्थे जिहड़े हुल्लड़बाज गवर्नमेंट इनफिल्ट्रेट कराउंदी आ भेजदी आ उन्हां नूं कई वार फड़ के ते लोकां दे सामने एक्सपोज किया। सो अज तक अपना यह मोर्चा जिहड़ा बहुत वड्डे पद्धर ते कामयाब ठीक है। जिहड़ा किसान जथेबंदियां ने इस नूं नॉन पोलिटिकल भी रखिया यह भी बिल्कुल ठीक फैसला हो, कोई गलत गल नहीं इहदे ते। और सियासतदानां नूं भी एक समझ लेना चाहिए वा कि तुसी काफ़ी अरसे तो जिहड़ा अज जे पंजाब की कल्ली गल करना जे अज अधिकार है तो उहदे लई सारे जिम्मेवार ने जिन्नियां जिहड़ियां पार्टियां ने इन्ने अरसे तो राज कीता उन्हां नूं एक बार पड़चोल करनी चाहिए है कि यह नौबत ही क्यों आई कि साडे पंजाब दे किसान आत्महत्या करन, साडियां फसलां ना बिकन, साडे भाअ ठीक ना मिलन, जद उहनां दे अपने घर अच्छे चलते ने, व्यापार अच्छे चलते ने, उन्हां दे एडियां वड्डियां वड्डियां जायदादां बन गईयां ने, विदेशां च बन गईयां ने, तो फिर आम जनता का नुकसान जिहड़ा उन्हां नूं समझना चाहीदा कि उह उन्हां दी ही जिम्मेवारी आ। ताईं उह किसान जथेबंदियां ने पोलीटिकल लीडरशिप नूं इस मोर्चे तों बाहर रख्या, इह बिल्कुल ठीक फैसला सीगा। इसलिए मैं कहना चाहुंदा कि अपने सब दी इम्तिहान दी घड़ी आ, आपां वाहिगुरू दी कृपा दे नाल बिल्कुल जित दे किनारे ते खड़े आ। ते मैं जिहड़े साडे नौजवान वीर ने मैनूं पता उन्हां दे जज्बात ने उह की कहिंदे हुंदे ने अके होए ने और जिहड़ी उन्हां दा सबर दा जिहड़ा प्याला उह भरिया पिया वा और उह कहिंदे ने कि असीं आर पार की लड़ाई लड़नी है। ठीक है, आर पार की लड़ाई शांतमई ढंग नाल भी लड़ी जा सकदी, वध तों वध की होवेगा कि आपां नूं महीना दो महीने तीन महीने होर बैठना पवेगा, तां उह शांतमई ढंग नाल जिहड़ी जित होवेगी उह बहुत शानदार होवेगी, उहदे नाल अपना सिर जिहड़ा सारी दुनिया विच उच्चा होवेगा। इसलिए मेरी अपने सत्कारयोग नौजवान वीरां नूं यह अपील है कि आप कोई भी गल इदां दी ना कहीए। ठीक है, आप जो कोई गर्म गल करते ना एक बार बहुत रिस्पोंस आता, बहुत नारे वजते हैं, बहुत जकारे छड़दे ने लोग, पर जिहड़ा नुकसान होगा नुकसान होने का डर हुंदा वह बहुत भयानक है, वह सिट्टे बड़े भयानक है। इसलिए मेरी सत्कारयोग सारे ही आगुआ नूं नौजवान वीरां नूं यह अपील है कि किसान जथेबंदियां दे अनुसार जो भी फैसला लैणगे, जिस 16 तरीक नूं कहिंदे ने फर्ज करो कि आपां सिर्फ बॉर्डर दे उत्ते ट्रैक्टर परेड करनी आ, एक पैरेलल परेड करनी आ 26 जनवरी दे रिपब्लिक डे दे मुकाबले ते, तां आपां नूं उहनां दी गल दा आदर करना चाहीदा। यही मैं समझदा वां कि अपने हित विच होवेगा। तुसीं सारे एक बार बहुत वधाई दे पात्र हो और जिहड़ा लोकां ने दीआं मौतां होईआं ने साडीआं दिल दीआं गहराईआं तों उहनां दे नाल हमदर्दी उहनां परिवारां दे नाल, और जिहड़े लोग इहदे च योगदान पा रहे ने सारी दुनिया चों विश्व चों। अज भी मैं गाजीपुर बॉर्डर से जा रहा, मेरे एक बहुत करीबी रिश्तेदार अफ्रीका तो आए ने, वो कुछ वडमुला योगदान पाना चाहते ने, वो टिकरी भी गए हुए हैं इस वक्त। असी सारे जिहड़े NRIs ने इहदे च योगदान पाया, जिहड़ियां जथेबंदियां खालसा एड ने विशेष तौर पर बहुत ऑर्गेनाइज तरीके इस नूं सस्टेन किया। हालांकि ये काम SGPC का मैं पहला भी कह चुका या यूनाइटिड सिख्स होर जथेबंदियां जिहड़ियां इस नूं मदद कर रही ने, पंजाब के हर धर्म के लोगों ने
हर वर्ग के लोगों ने की हिंदू ते की मुसलमान की सिख ते की ईसाई की जैनी ते की बोधी की पढ़े लिखे ते की अनपढ़ ते की औरतां ते की साडे पुरशा ने मर्दा ने जिहड़ी इहदे च मदद कीती है बहुत वड्डा सुनिया। अगर मैं कह दिया कि अज दे मॉडर्न युग दे विच सारी दुनिया च इस तरह का कोई शांतमई एजिटेशन अज तक नहीं हुई, इसलिए आपां इसनूं हर कीमत ते आपां इसनूं कामयाब करना ते बीजेपी ਅਤੇ ਆਪਣੀ ਐਂਟੀ ਫੋਰਸਿਸ ਨੂੰ ਇੱਕ ਵੀ ਮੌਕਾ ਨਹੀਂ ਦੇਣਾ ਜਿਹਦੇ ਨਾਲ ਸਾਨੂੰ ਉਹ ਕਿਸੇ ਤਰ੍ਹਾਂ ਨਾਲ ਵੀ ਕੋਈ ਗਲਤ ਲੇਬਲ ਲਾ ਸਕਣ ਤੇ ਸਾਡੇ ਵਿੱਚ ਪਾੜਾ ਪਾ ਸਕਣ ਤੇ ਆਪਣੀ ਰਾਜਨੀਤੀ ਖੇਡ ਸਕਣ। ਮੈਨੂੰ ਉਮੀਦ ਹੈ ਕਿ ਸਾਰੇ ਸੁਲਝੇ ਹੋਏ ਸਮਝਦਾਰ ਜਿਹੜੇ ਲੋਕ ਨੇ ਇਸ ਨੂੰ ਮੇਰੇ ਸੁਨੇਹੇ ਨੂੰ ਸ਼ੇਅਰ ਵੀ ਕਰਨਗੇ ਤੇ ਇਸ ਨੂੰ ਸਵੀਕਾਰ ਵੀ ਕਰਨਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।